ਸੰਗੀਤ ਦੇ ਮਹਾਂਕੁੰਭ ਵਜੋਂ ਜਾਣੇ ਜਾਂਦੇ 148ਵੇਂ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦਾ ਆਯੋਜਨ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਦੁਆਰਾ ਇਸ ਸਾਲ 29 ਦਸੰਬਰ ਤੋਂ 31 ਦਸੰਬਰ ਤੱਕ ਸ਼੍ਰੀ ਦੇਵੀਤਲਾ ਮੰਦਿਰ ਵਿੱਚ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ। ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ, ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਵਿਖੇ ਡਾਇਰੈਕਟਰ SS ਅਜਮਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਨਾਮਵਰ ਕਲਾਕਾਰ ਜਿਹੜੇ ਨੇ ਪਹੁੰਚ ਰਹੇ ਨੇ, ਤੇ ਇਸ ਤੋਂ ਇਲਾਵਾ 25 ਦਸੰਬਰ ਤੋਂ 28 ਦਸੰਬਰ ਤੱਕ ਪਹਿਲੇ 4 ਦਿਨ ਸੰਗੀਤ ਮੁਕਾਬਲੇ ਕਰਾਏ ਜਾਣਗੇ। ਇਸ ਲਈ ਇਸ ਕਾਨਫਰੰਸ ਦੀਆਂ ਤਿਆਰੀਆਂ ਲਈ ਪੰਜਾਬ ਪੁਲਿਸ ਮੁਲਾਜ਼ਮ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਪੰਡਾਲ, ਸਾਊਂਡ ਇੰਤਜ਼ਾਮ ਤੇ ਵੀਡੀਓਗ੍ਰਾਫੀ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ। ਉਹਨਾਂ ਸ਼੍ਰੀ ਦੇਵੀਤਲਾ ਮੰਦਿਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਸ਼ੀਤਲ ਵਿਜ ਦਾ ਵੀ ਇਸ ਕਾਨਫਰੰਸ ਵਿੱਚ ਪਾਏ ਸਹਿਯੋਗ ਦਾ ਧੰਨਵਾਦ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਇਹ ਸੰਗੀਤ ਸੰਮੇਲਨ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ। ਇਸ ਮੌਕੇ ਅਰੁਣ ਮਿਸ਼ਰਾ ਅਤੇ ਜਨਰਲ ਇਜਲਾਸ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਇਹ ਪ੍ਰਤੀਯੋਗਤਾ ਚੱਲਿਆ ਕਰੇਗੀ, ਜਿਸ ਦੀਆਂ 24 ਤਰੀਕ ਨੂੰ ਸਾਰੀਆਂ ਰਜਿਸਟ੍ਰੇਸ਼ਨ ਜਿਹੜੀਆਂ ਅਸੀਂ ਉਹਨਾਂ ਦੀ ਇੱਕ ਡਿਟੇਲ ਤਿਆਰ ਕਰ ਲਵਾਂਗੇ। ਹੁਣ ਤੱਕ ਲਗਭਗ 100 ਦੇ ਕਰੀਬ ਐਪਲੀਕੇਸ਼ਨ ਸਾਡੇ ਕੋਲ ਆ ਚੁੱਕੀ ਹੈ, ਔਰ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ, ਔਰ ਕਦੀ ਕਦੀ ਅਮੈਰੀਕਾ, ਕੈਨੇਡਾ 'ਚ ਜਿਹੜੇ, ਇੰਗਲੈਂਡ 'ਚ ਜਿਹੜੇ ਰਹਿ ਰਹੇ ਆ ਲੋਕ, ਉਹਨਾਂ ਦੇ ਬੱਚੇ ਜਿਹੜੇ ਸ਼ਾਸਤਰੀ ਸੰਗੀਤ ਨਾਲ ਜੁੜੇ ਹੋਏ ਆ, ਉਹ ਵੀ ਬੱਚੇ ਇਸ ਕੰਪੀਟੀਸ਼ਨ ਵਿੱਚ ਭਾਗ ਲੈਂਦੇ ਆ। ਔਰ ਇਸ ਕੰਪੀਟੀਸ਼ਨ ਦੀ ਇੰਨੀ ਇੰਪੋਰਟੈਂਸ ਹੈ ਕਿ ਬੱਚੇ ਇਹ ਸਮਝਦੇ ਆ ਕਿ ਜਿੰਨਾ ਇੱਥੇ ਸੱਚਾ ਸੁੱਚਾ ਮਤਲਬ ਕੰਮ ਹੁੰਦਾ ਔਰ ਬਾਬਾ ਜੀ ਦੀ ਹਾਜ਼ਰੀ 'ਚ ਇਹ ਸਾਰਾ ਕੰਪੀਟੀਸ਼ਨ ਹੁੰਦਾ। ਹਿਸਾਬ ਨਹੀਂ ਲੱਗਦਾ ਵੀ ਜਿਹੜੇ ਪ੍ਰਬੰਧ ਕਰਨ ਵਾਲੇ ਆ ਜੀ, ਉਹਨਾਂ ਦੇ ਮਨ 'ਤੇ ਕੀ ਗੁਜ਼ਰਦੀ ਆ। ਸੋ ਮਿਹਰਬਾਨੀ ਕਰਕੇ ਇਹ ਗੱਲ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਸਾਰੇ ਸੱਜਣਾਂ ਦੇ ਤਰ੍ਹਾਂ 'ਤੇ ਪਹੁੰਚਾਓ, ਆਪਣੇ ਮਾਧਿਅਮ ਰਾਹੀਂ ਸਾਡੀ ਵੱਧ ਤੋਂ ਵੱਧ ਮਦਦ ਕਰੋ, ਆਪ ਵੀ ਸਾਡੇ ਨਾਲ ਉੱਥੇ ਆਓ, ਇਕੱਠੇ ਬੈਠੀਏ, ਰੌਣਕ ਨੂੰ ਵਧਾਈਏ, ਅੱਛਾ ਅੱਛਾ ਮਤਲਬ ਸੰਗੀਤ ਸੁਣੀਏ, ਅੱਛੇ ਸੰਗੀਤ ਦਾ ਪ੍ਰਚਾਰ ਕਰੀਏ, ਸਾਰਿਆਂ ਨੂੰ ਸਮਝ ਆਵੇ ਵੀ ਹਾਂ ਇੱਥੇ ਆਉਣਾ ਜਿਹੜਾ ਆ ਇੱਕ ਮੰਦਰ, ਗੁਰਦੁਆਰਾ, ਮਸਜਿਦ ਜਿਹੜਾ ਆ, ਜਿੱਦਾਂ ਉੱਥੇ ਆਪਾਂ ਇਬਾਦਤ ਕਰਦੇ ਹਾਂ ਉਹ ਵੀ ਇੱਕ ਬੜੀ ਇਬਾਦਤ ਦੀ ਜਗ੍ਹਾ ਆ, ਬਹੁਤ ਪਵਿੱਤਰ ਜਗ੍ਹਾ ਆ, ਬਜ਼ੁਰਗਾਂ ਨੇ ਸੈਟਅਪ ਕੀਤੀ ਹੈਗੀ ਆ, ਅਤੇ ਉਹ ਵੀ ਪੂਜਣ ਯੋਗ ਜਗ੍ਹਾ ਹੈਗੀ ਆ, ਜਿੱਦਾਂ ਬਾਕੀ ਧਾਰਮਿਕ ਸਥਾਨ ਆ ਉਹ ਵੀ ਧਾਰਮਿਕ ਸਥਾਨ ਆ। ਸੋ ਮੈਂ ਇੰਨੀਆਂ ਗੱਲਾਂ ਹੀ ਕਰਨੀਆਂ ਸੀ, ਅਤੇ ਮੇਰਾ ਖਿਆਲ ਆ ਥੋੜ੍ਹੇ ਨੂੰ ਬਹੁਤਾ ਕਰਕੇ ਮੰਨਿਓ, ਸਾਡੀ ਮਦਦ ਕਰੋ, ਇਹਦਾ ਵੱਧ ਤੋਂ ਵੱਧ ਪ੍ਰਚਾਰ ਕਰੋ। ਜਲੰਧਰ ਤੋਂ ਦੈਨਿਕ ਸਵੇਰਾ ਲਈ ਵਿਨੇ ਸ਼ਰਮਾ ਦੀ ਰਿਪੋਰਟ।